ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੌਪ ਸਵੀਟਸ ਦੇ ਵਿੱਚ ਤੁਸੀਂ ਨਾਮ ਸੁਣਿਆ ਹੋਵੇਗਾ। ਸਭ ਤੋਂ ਪੁਰਾਣਾ ਨਾਮ 1958 ਤੋਂ ਆਪਣੀਆਂ ਸਰਵਿਸਿਜ਼ ਦੇ ਰਿਹਾ ਆ ਰਾਮਸੰਸ ਜੀ। ਬਿਲਕੁਲ, ਮੈਂ ਤੁਹਾਨੂੰ ਅੱਜ ਲੈ ਆਈ ਹਾਂ ਰਾਮਸੰਸ, ਜੋ ਕਿ ਸਵੀਟਸ ਬੇਕਰ ਔਰ ਰੈਸਟੋਰੈਂਟ ਦੇ ਲਈ ਜਾਣਿਆ ਜਾਂਦਾ ਆ। ਮੇਨ ਰੋਡ ਨਵਾਂ ਸ਼ਹਿਰ ਦੇ ਵਿੱਚ ਇਸ ਵੇਲੇ ਮੌਜੂਦ ਆ। ਅੰਦਰ ਚੱਲ ਕੇ ਦੇਖਦੇ ਹਾਂ ਵੀ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਨੇ ਔਰ ਕਿਉਂ ਜਿਹੜਾ ਇਹ ਨਾਮ ਹੈ ਇੰਨਾ ਮਸ਼ਹੂਰ ਹੈ ਔਰ ਇੰਨੇ ਲੰਬੇ ਸਮੇਂ ਤੋਂ ਆਪਣੀ ਕੁਆਲਿਟੀ ਮੇਨਟੇਨ ਕਰੀ ਬੈਠਾ ਹੈ। ਚੱਲਦੇ ਹਾਂ ਅੰਦਰ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਹੁਣ ਅੰਦਰ ਐਂਟਰ ਕਰ ਚੁੱਕੇ ਹਾਂ ਤਾਂ ਚਹਿਲ ਪਹਿਲ ਜਿਹੜੀ ਆ ਤੁਹਾਨੂੰ ਹਰ ਟਾਈਮ ਇੱਥੇ ਇੱਦਾਂ ਹੀ ਨਜ਼ਰ ਆਏਗੀ, ਕਿਉਂਕਿ ਇੱਥੇ ਇੰਨੀ ਜ਼ਿਆਦਾ ਵਰਾਇਟੀ ਆ ਔਰ ਕੁਆਲਿਟੀ ਦੀ ਗੱਲ ਹੈ ਹੀ ਹੈ। ਰਾਮਸੰਸ ਬੇਕਰ ਦੀ ਗੱਲ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਜਿਹੜੀ ਆ ਉਹ ਨਜ਼ਰ ਆਏਗੀ। ਬਿਲਕੁਲ ਫਰੈਸ਼ ਕੇਕ, ਪੇਸਟਰੀਜ਼, ਪੈਟੀਜ਼ ਜਿਹੜੀਆਂ ਨੇ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੀਆਂ। ਬਾਕੀ ਇੱਕ ਹੋਰ ਵੀ ਗੱਲ ਹੈ ਕਿ ਜਿਹੜਾ ਵੀ ਤੁਸੀਂ ਕੇਕ ਹੈ ਜਾਂ ਫਿਰ ਪੇਸਟਰੀਜ਼ ਹੈ ਆਪਣੇ ਸਪੈਸ਼ਲ ਆਰਡਰ 'ਤੇ ਵੀ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ। ਇਹ ਹੈ ਜੀ ਫਰਾਈ ਕਿਚਨ, ਬੇਕਰ ਦੇ ਪਾਰਟ ਵਿੱਚ ਖੜੀ ਹਾਂ ਅਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਲੱਗ ਤੋਂ ਸਿਟਿੰਗ ਏਰੀਆ ਵੀ ਬੇਕਰ ਦੇ ਵਿੱਚ ਬਣਾਇਆ ਗਿਆ ਆ ਔਰ ਇੱਥੇ ਜਿੰਨਾ ਵੀ ਫੂਡ ਹੈ ਉਹ ਸਾਰਾ ਫਰਾਈਡ ਮਿਲਦਾ ਹੈ। ਮੀਨਸ ਜਿਹੜੇ ਸਨੈਕਸ ਨੇ ਉਹਦੇ ਵਿੱਚ ਸਮੋਸੇ ਆ ਗਏ ਜਾਂ ਫਿਰ ਕੋਈ ਹੋਰ ਫਰਾਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਇਸ ਕਾਊਂਟਰ 'ਤੇ ਅਵੇਲੇਬਲ ਮਿਲਣਗੀਆਂ। ਜੇਕਰ ਗੱਲ ਕਰਦੇ ਹਾਂ ਵਰਾਇਟੀਜ਼ ਦੀ ਤਾਂ ਤੁਹਾਨੂੰ ਇੱਥੇ ਬਹੁਤ ਸਾਰੀ ਵਰਾਇਟੀ ਦੇਖਣ ਨੂੰ ਮਿਲੇਗੀ, ਜਿਵੇਂ ਕਿ ਬਿਸਕਿਟ ਹੈ, ਬਿਸਕਿਟ ਦੇ ਵਿੱਚ ਵੀ ਕਾਫੀ ਰੇਂਜ ਹੈ ਇਹਨਾਂ ਦੇ ਕੋਲੋਂ, ਨਮਕੀਨ ਹੈ, ਨਮਕੀਨ ਦੇ ਵਿੱਚ ਰੇਂਜ ਹੈ ਔਰ ਬਾਕੀ ਜਿਹੜੀ ਖਾਸ ਗੱਲ ਇਹ ਹੈ ਕਿ ਸਾਰਾ ਜਿਹੜਾ ਮਟੀਰੀਅਲ ਤੁਹਾਨੂੰ ਪੈਕਡ ਮਿਲਦਾ ਆ। ਆਪਾਂ ਵਰਾਇਟੀ ਦੀ ਗੱਲ ਕਰ ਰਹੇ ਸੀ ਅਤੇ ਸਵੀਟਸ ਦੀ ਹੁਣ ਗੱਲ ਕਰਦੇ ਹਾਂ। ਸਵੀਟਸ ਦੇ ਵਿੱਚ 150 ਤੋਂ ਲੈ ਕੇ 200 ਤੱਕ ਦੀਆਂ ਆਈਟਮਸ ਇਹਨਾਂ ਦੇ ਕੋਲੋਂ ਅਵੇਲੇਬਲ ਮਿਲਣਗੀਆਂ। ਇੱਕ ਖਾਸ ਗੱਲ ਜਿਹੜੀ ਉਹ ਇਹ ਹੈ ਕਿ ਇੱਥੇ ਦੀ ਮੈਨੇਜਮੈਂਟ ਟੀਮ ਜਿਹੜੀ ਆ ਹਮੇਸ਼ਾ ਇਨਵੋਲਵ ਰਹਿੰਦੀ ਆ, ਹਮੇਸ਼ਾ ਫਰੈਸ਼ਨੈਸ ਨੂੰ ਚੈੱਕ ਕਰਦੀ ਰਹਿੰਦੀ ਆ ਔਰ ਦੇਖਦੀ ਹੈ ਕਿ ਇਸਦੀ ਵੈਲਿਡਿਟੀ ਜਿਹੜੀ ਆ ਕਦੋਂ ਕੁ ਤੱਕ ਐਕਸਪਾਇਰ ਹੋ ਸਕਦੀ ਆ। ਅਤੇ ਬਾਕੀ ਜਿਹੜੀਆਂ ਇਹ ਸਾਰੀਆਂ ਮਿਠਾਈਆਂ ਨੇ ਇਹ ਤੁਹਾਨੂੰ ਸਪੈਸ਼ਲ ਦੇਸੀ ਘਿਓ ਦੇ ਵਿੱਚ ਬਣੀਆਂ ਮਿਲਣਗੀਆਂ ਐਂਡ ਖਾਸ ਗੱਲ ਸ਼ੂਗਰ ਫਰੀ ਮਿਲਣਗੀਆਂ। ਜੀ ਹੁਣ ਰਾਮਸੰਸ ਦੇ ਅਸੀਂ ਗੱਲ ਕਰਨ ਜਾ ਰਹੇ ਹਾਂ ਰੈਸਟੋਰੈਂਟ ਦੀ, ਅਤੇ ਰੈਸਟੋਰੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੜਾ ਅੱਛਾ ਨੀਟ ਐਂਡ ਕਲੀਨ ਮਾਹੌਲ ਹੈ, ਹਲਕਾ ਹਲਕਾ ਮਿਊਜ਼ਿਕ ਹੈ ਅਤੇ ਇੱਕ ਜਿਹੜੀ ਪੋਜ਼ਿਟਿਵ ਵਾਈਬ ਹੈ ਉਹ ਇਸ ਰੈਸਟੋਰੈਂਟ ਦੇ ਵਿੱਚ ਆ ਰਹੀ ਹੈ। ਬਾਕੀ ਹੁਣ ਇੱਥੇ ਦਾ ਖਾਣਾ ਟੇਸਟ ਕਰਕੇ ਦੇਖਦੇ ਹਾਂ ਵੀ ਕਿਵੇਂ ਦਾ ਲੱਗਦਾ। ਬਹੁਤ ਹੀ ਜ਼ਿਆਦਾ ਕਰੰਚੀ ਟੇਸਟ ਹੈ ਔਰ ਸਾਂਬਰ ਦੀ ਜਿਹੜੀ ਕੁਆਲਿਟੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਔਰ ਫਰੈਸ਼ ਬਣਾਇਆ ਹੋਇਆ ਹੈ। ਖਾਣਾ ਤਾਂ ਜੀ ਬਹੁਤ ਸਵਾਦ ਹੈ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਮੈਨੇਜਮੈਂਟ ਟੀਮ ਦੇ ਕੋਲ। ਅਸੀਂ ਸ਼ੁਰੂ ਤੋਂ ਆਪਣਾ ਇੱਕ ਮੋਟਿਵ ਰੱਖਿਆ ਹੈ ਪਿਓਰਟੀ ਅਤੇ ਨਾਲ ਨਾਲ ਦੁਨੀਆ ਦੇ ਨਾਲ ਨਾਲ ਜਿੱਥੇ ਜਿੱਦਾਂ ਮੋਡੀਫਿਕੇਸ਼ਨ ਹੁੰਦੀ ਰਹਿੰਦੀ ਹੈ ਅਸੀਂ ਆਪਣੀ ਬਿਜ਼ਨਸ ਦੇ ਵਿੱਚ ਮੋਡੀਫਿਕੇਸ਼ਨ ਕਰਦੇ ਰਹਿੰਦੇ ਹਾਂ। ਸਾਡੇ ਕੋਲ ਆਊਟਡੋਰ ਇਨਡੋਰ ਕੈਟਰਿੰਗ ਦਾ ਸਾਰਾ ਪ੍ਰਬੰਧ ਹੈ, ਜਿਹੜਾ ਰੋਜ਼ ਲੋਕ ਇੱਥੇ ਆਪਣੇ ਘਰ ਹੋਮ ਡਿਲੀਵਰੀ ਕਰਾਉਂਦੇ ਆ ਉਹ ਵੀ ਕਰਦੇ ਹਾਂ ਅਸੀਂ। ਸੋ ਅਗਰ ਤੁਸੀਂ ਵੀ ਰਾਮਸੰਸ ਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਨੀਚੇ ਲਿਖੇ ਨੰਬਰਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਤਾਂ ਦਿੱਤੇ ਹੋਏ ਐਡਰੈਸ ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ।